ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸਰਕਾਰ ਵਚਨਬੱਧ। ਤ੍ਰਿਪਤ ਰਜਿੰਦਰ ਬਾਜਵਾ। ਪੰਜਾਬ ਸਰਕਾਰ ਵੱਲੋਂ ਆਜੀਵਿਕਾ ਗ੍ਰਾਮੀਣ ਐਕਸਪ੍ਰੈਸ ਯੋਜਨਾ ਨੂੰ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਾਗੂ ਕਰ ਦਿੱਤਾ ਗਿਆ ਹੈ, ਜਿਸ ਦੇ ਤਹਿਤ ਬਲਾਕ ਧਾਰੀਵਾਲ ਦੇ ਦੋ ਪਿੰਡਾਂ ਭੋਜਰਾਜ ਅਤੇ ਧਾਰੀਵਾਲ ਕਲਾਂ ਦੇ ਸਵੈ ਸਹਾਇਤਾ ਗਰੁੱਪਾਂ ਨੂੰ ਦੋ ਮਹਿੰਦਰਾ ਸੁਪਰੋ ਗੱਡੀਆਂ ਦਿੱਤੀਆਂ ਗਈਆਂ। ਗਰੁੱਪ ਮੈਂਬਰਾਂ ਨੂੰ ਗੱਡੀਆਂ ਦੀਆਂ ਚਾਬੀਆਂ ਸੂਬੇ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦਿੱਤੀਆਂ। ਇਸ ਸੰਬੰਧੀ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਪੇਂਡੂ ਖੇਤਰ ਵਿੱਚ ਰਹਿੰਦੇ ਗਰੀਬ ਪਰਿਵਾਰਾਂ ਦਾ ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ, ਜਿਸ ਦੇ ਤਹਿਤ ਦਿਹਾਤੀ ਖੇਤਰ ਦੀਆਂ ਔਰਤਾਂ ਨੂੰ ਸਵੈ ਸਹਾਇਤਾ ਗਰੁੱਪ ਬਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਔਰਤਾਂ ਇਸ ਮਿਸ਼ਨ ਤਹਿਤ ਆਪਣੇ ਸਵੈ ਰੁਜ਼ਗਾਰ ਜਾਂ ਹੋਰ ਕੋਈ ਕੰਮਕਾਰ ਸ਼ੁਰੂ ਕਰਕੇ ਆਰਥਿਕ ਆਜ਼ਾਦੀ ਹਾਸਲ ਕਰ ਸਕਣ। ਸਰਕਾਰ ਦੀ ਸਕੀਮ ਹੈਗੀ ਸੈਲਫ ਹੈਲਪ ਗਰੁੱਪ, ਬੀਬੀਆਂ ਆਪਣੇ ਪੈਸਾ ਇਕੱਠਾ ਕਰਕੇ ਆਪਣੀ ਰਾਸ਼ੀ ਬਣਾਉਂਦੀਆਂ ਨੇ, ਫਿਰ ਉਹ ਇੱਕ ਦੂਜੇ ਦੀ ਮਦਦ ਕਰਦੀਆਂ ਨੇ, ਉਹ ਫਿਰ ਰਾਸ਼ੀ ਵੱਧਦੀ ਜਾਂਦੀ ਹੈ। ਕਈਆਂ ਪਿੰਡਾਂ 'ਚ ਤੁਸੀਂ ਸੁਣੀ ਲਿਆ 50-50 ਲੱਖ ਵੀ ਹੋ ਗਈ ਆ। ਜਿਹੜਾ ਬੈਸਟ ਗਰੁੱਪ ਕੰਮ ਕਰਦਾ ਉਹਨਾਂ ਨੂੰ ਦੋ ਗੱਡੀਆਂ ਸਰਕਾਰ ਵੱਲੋਂ 6-6 ਲੱਖ ਦੀਆਂ ਦਿੱਤੀਆਂ ਗਈਆਂ ਨੇ ਵਿਦਆਊਟ ਇੰਟਰਸਟ। 6 ਸਾਲਾਂ 'ਚ ਉਹਨਾਂ ਨੇ ਇਹ ਗੱਡੀਆਂ ਦਾ ਕਿਸ਼ਤ ਜਿਹੜੀ ਹੈ ਮੋੜ ਕੇ ਮੁਕਾਉਣਾ। ਅਸੀਂ ਗੱਡੀਆਂ ਹੌਲੀ ਹੌਲੀ ਵਧਾਵਾਂਗੇ। ਬੀਬੀਆਂ ਜਿਹੜੀਆਂ ਸੈਲਫ ਗਰੁੱਪ ਚੰਗਾ ਕੰਮ ਕਰਨਗੀਆਂ ਉਹਨਾਂ ਨੂੰ ਅਸੀਂ ਗੱਡੀਆਂ ਦਿਆਂ। ਮੁੱਖ ਮੰਤਵ ਹੈ ਵੀ ਲੇਡੀਜ਼ ਆਪਣੇ ਪੈਰਾਂ 'ਤੇ ਖੜੀਆਂ ਹੋਣ, ਉਹਨਾਂ ਦੀ ਇੱਜ਼ਤ ਵਧੇ, ਪਰਿਵਾਰ ਦੀ ਆਮਦਨ ਵਧੇ, ਨੌਕਰੀਆਂ ਵੱਲ ਘੱਟ ਜਾਣਾ ਪਵੇ, ਘਰ ਦੇ ਵਿੱਚ ਰੋਟੀ ਕਮਾਈ ਜਾ ਸਕੇ, ਇੱਜ਼ਤ ਵੀ ਬਚੇ, ਬਾਹਰ ਜਾਣਾ ਵੀ ਨਾ ਪਵੇ ਅਤੇ ਘਰ ਵਿੱਚ ਹੀ ਪਿੰਡ 'ਚ ਹੀ ਬਹਿ ਕੇ ਉਹ ਰੋਟੀ ਕਮਾ ਸਕੇ। ਘਰ ਘਰ ਰੋਜ਼ਗਾਰ ਸਕੀਮ ਜਿਹੜੀ ਵੱਖਰੀ ਹੈ, ਇਹ ਵੀ ਘਰ ਘਰ ਰੋਜ਼ਗਾਰ ਸਕੀਮ ਹੈ। ਨੌਕਰੀ 'ਚ ਵੀ ਪੈਸੇ ਕਮਾਉਣੇ ਅਤੇ ਘਰ ਬਹਿ ਕੇ ਵੀ ਪੈਸੇ ਕਮਾਉਣੇ, ਇਹ ਘਰ ਘਰ ਰੋਜ਼ਗਾਰ ਹੈ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਣਵੀਰ ਸਿੰਘ ਮੂਦਲ ਨੇ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੰਚਾਇਤ ਵਿਭਾਗ ਵੱਲੋਂ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਨੂੰ ਸਫਲਤਾ ਨਾਲ ਚਲਾਇਆ ਜਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ 1112 ਸਵੈ ਸਹਾਇਤਾ ਗਰੁੱਪ ਸਫਲਤਾ ਨਾਲ ਕੰਮ ਕਰ ਰਹੇ ਹਨ। ਇਹ ਜੋ ਸਾਡਾ ਆਜੀਵਿਕਾ ਮਿਸ਼ਨ ਹੈ ਜ਼ਿਲ੍ਹਾ ਗੁਰਦਾਸਪੁਰ ਵਿੱਚ 2011 ਤੋਂ ਜਿਹੜਾ ਇਹ ਚਾਲੂ ਹੈ ਜੀ, ਪਹਿਲੇ ਫੇਜ਼ ਦੇ ਵਿੱਚ ਇਹਦੇ ਵਿੱਚ 4 ਅਸੀਂ ਬਲਾਕ ਜਿਹੜੇ ਆ ਉਹ ਲਏ ਸੀਗੇ, ਜਿਨ੍ਹਾਂ ਦੇ ਵਿੱਚ ਹੁਣ ਤੱਕ 1112 ਸੈਲਫ ਹੈਲਪ ਗਰੁੱਪ ਬਣ ਚੁੱਕੇ ਨੇ, ਜਿਨ੍ਹਾਂ ਨੂੰ ਅਸੀਂ ਰਿਵਾਲਵਿੰਗ ਫੰਡ ਜਿਹੜਾ ਵਾ ਉਹ 96,04,000 ਰੁਪਈਆ ਦੇ ਚੁੱਕੇ ਹਾਂ ਜੀ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੇ CLF ਜਿਹੜੇ ਨੇ ਉਹਨਾਂ ਵੀ 3 ਨੂੰ ਅਸੀਂ ਪੈਸੇ ਦੇ ਦਿੱਤੇ ਆ। ਜਿਹੜੇ CIF ਨੇ ਉਹਨਾਂ ਨੂੰ ਵੀ 35,000 ਰੁਪਏ ਦੇ ਹਿਸਾਬ ਨਾਲ ਉਹਨਾਂ ਦੇ ਆਫਿਸ ਵਗੈਰਾ ਬਣ ਗਏ ਨੇ। ਸੋ ਸਾਡਾ ਮੇਨ ਮੋਟਿਵ ਜਿਹੜਾ ਸੈਲਫ ਹੈਲਪ ਗਰੁੱਪਾਂ ਦਾ ਇਹੀ ਆ ਕਿ ਅਸੀਂ ਇਹ ਜਿੰਨੇ ਵੀ ਗਰੀਬੀ ਦੀ ਰੇਖਾ ਤੋਂ ਥੱਲੇ ਲੋਕ ਰਹਿ ਰਹੇ ਨੇ ਉਹਨਾਂ ਦਾ ਇੱਕ ਸੰਗਠਨ ਕਰਕੇ ਉਹ ਆਪਣੀ ਇੱਕ ਤਰ੍ਹਾਂ ਦੀ ਬੈਂਕ ਬਣ ਜਾਏ ਔਰ ਇੰਟਰਲੋਨਿੰਗ ਜਿਹੜੀ ਆ ਉਹਨਾਂ ਦੇ ਵਿੱਚ ਚੱਲ ਕੇ ਸਰਕਾਰ ਵੀ ਸਮੇਂ ਸਿਰ, ਕਿਉਂਕਿ ਇਹਨਾਂ ਦਾ ਇੱਕ ਸਮਾਂ ਨਿਰਧਾਰਿਤ ਕੀਤਾ ਕਿ ਪਹਿਲਾਂ ਅਸੀਂ ਰੋਲਿੰਗ ਫੰਡ ਦੇਣਾ ਵਾ, ਉਸ ਤੋਂ ਬਾਅਦ ਅਸੀਂ 55,000 ਪਹਿਲਾਂ ਦਿੰਦੇ ਸੀ, ਹੁਣ ਅਸੀਂ 40,000 ਰੁਪਈਆ ਜਦੋਂ 6 ਮਹੀਨੇ ਉਸ ਗਰੁੱਪ ਨੂੰ ਚੱਲਦੇ ਹੋ ਜਾਂਦੇ ਨੇ ਫਿਰ ਅਸੀਂ ਉਹਨੂੰ ਉਹ ਕਿਸ਼ਤ ਦਿੰਦੇ ਹਾਂ। ਫਿਰ ਇਸ ਤਰ੍ਹਾਂ ਕਰਕੇ ਇਹ ਇੱਕ ਤਰ੍ਹਾਂ ਦੀ ਫੈਡਰੇਸ਼ਨ ਬਣ ਜਾਂਦੀ ਆ ਔਰ ਇਹ ਵੱਖਰੀ ਕਿਸਮ ਦੀ ਇੱਕ ਬੈਂਕ ਹੋਏਗੀ ਕਿ ਜਿਹਦੇ ਨਾਲ ਸਾਡੀਆਂ ਜਿੰਨੀਆਂ ਵੀ ਸੈਲਫ ਗਰੁੱਪਾਂ ਨਾਲ ਬੀਬੀਆਂ ਜਿੰਨੀਆਂ ਵੀ ਜੁੜੀਆਂ ਨੇ ਉਹਨਾਂ ਨੂੰ ਅਸੀਂ ਹੁਣ ਕ੍ਰੈਡਿਟ ਵੀ ਬੈਂਕ ਕ੍ਰੈਡਿਟ ਵੀ ਉਹਨਾਂ ਦਾ ਕਰਾ ਰਹੇ ਹਾਂ ਕਿ ਬੈਂਕਾਂ ਤੋਂ ਵੀ ਉਹਨਾਂ ਨੂੰ ਵੱਖ ਵੱਖ ਸਕੀਮਾਂ ਤਹਿਤ ਅਸੀਂ ਲੋਨ ਵੀ ਲੈ ਕੇ ਦੇਵਾਂਗੇ। 18,000 ਜੀ ਮੇਰੇ ਕੋਲ ਜ਼ਿਲ੍ਹੇ 'ਚ ਇਸ ਵੇਲੇ 18,000 ਲੇਡੀਜ਼ ਐਸੀਆਂ ਨੇ ਜਿਹੜੀਆਂ 1112 ਗਰੁੱਪਾਂ ਦੇ ਵਿੱਚ, ਕਿਉਂਕਿ ਇਹ 'ਚ ਅਸੀਂ 10 ਤੋਂ ਲੈ ਕੇ 20 ਤੱਕ ਬੀਬੀਆਂ ਜਿਹੜੀਆਂ ਨੇ ਉਹ ਅਸੀਂ ਇਹਦੇ ਵਿੱਚ ਸ਼ਾਮਿਲ ਕੀਤੀਆਂ ਨੇ। ਪਰ ਜਿਹੜੇ ਐਕਟਿਵ ਵੁਮੈਨ ਨੇ ਸਾਡੀਆਂ, ਤੁਸੀਂ ਦੇਖਿਆ ਹੀ ਆ ਕਿ ਹੁਣ ਸਾਡੀਆਂ 4 ਬੀਬੀਆਂ ਕਿੰਨਾ ਸੋਹਣਾ ਬੋਲ ਕੇ ਗਈਆਂ ਨੇ, ਕਿਉਂਕਿ ਜਿੱਦਣ ਪਹਿਲੇ ਦਿਨ ਅਸੀਂ ਸ਼ੁਰੂ ਕੀਤਾ ਸੀ ਤਾਂ ਇਹ ਆਪਣਾ ਨਾਮ ਨਹੀਂ ਸੀ ਦੱਸ ਪਾਉਂਦੀਆਂ, ਅੱਜ ਇਹਨਾਂ ਦੀ ਇਹ ਪੋਜੀਸ਼ਨ ਹੈ ਕਿ ਇਹ ਬਾਹਰਲੀਆਂ ਸਟੇਟਾਂ ਤੱਕ ਵੀ ਹੁਣ ਲੋਕਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਜਾ ਰਹੀਆਂ ਨੇ। ਹੁਣ ਇਸ ਸਾਲ ਅਸੀਂ ਮੰਤਰੀ ਸਾਹਿਬ ਦੀ ਕਿਰਪਾ ਦੇ ਨਾਲ ਹੀ ਅਸੀਂ 3 ਨਵੇਂ ਬਲਾਕ ਹੋਰ ਲੈ ਲੈਣੇ, ਜਿਹਦੇ ਵਿੱਚ ਬਟਾਲਾ, ਕਾਦੀਆਂ ਅਤੇ ਤੀਸਰਾ ਬਲਾਕ ਸਾਡਾ ਜਿਹੜਾ ਉਹ ਦੀਨਾ ਨਗਰ ਹੈ। ਇਸ ਮੌਕੇ ਸਵੈ ਸਹਾਇਤਾ ਗਰੁੱਪ ਦੀਆਂ ਕੁਝ ਔਰਤਾਂ ਨੇ ਆਪਣੀ ਸਫਲਤਾ ਦੀ ਕਹਾਣੀ ਬਿਆਨ ਕਰਦਿਆਂ ਸਾਥੀ ਔਰਤਾਂ ਨੂੰ ਵੀ ਸਵੈ ਸਹਾਇਤਾ ਗਰੁੱਪ ਬਣਾ ਕੇ ਮਿਲ ਜੁਲ ਕੇ ਕੰਮ ਕਰਨ ਦਾ ਸੁਨੇਹਾ ਦਿੱਤਾ। ਬਟਾਲਾ ਤੋਂ ਅਜੀਤ ਵੈਬ ਟੀਵੀ ਲਈ ਕਮਲ ਕਾਲੋਂ ਦੀ ਰਿਪੋਰਟ। ਸਰ ਪਹਿਲਾਂ ਸਭ ਤੋਂ ਪਹਿਲਾਂ ਉਹਨਾਂ ਨੇ ਹੈ ਜਾਂ ਕੋਈ ਜੇ ਕੇ ਦੇਖ ਤੇ ਉਹ ਇਸ ਨੂੰ ਵੀ ਆਪਣਾ ਚੁਣੀ ਗਈ। ਬਾਅਦ ਵਿੱਚ ਮੈਂ ਏਕਤਾ ਸੈਲਫ ਹੈਲਪ ਗਰੁੱਪ ਕੰਮ ਕਰਦੀ ਹਾਂ। ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਕੋਲ ਰੁਜ਼ਗਾਰ ਨਹੀਂ ਹੈਗਾ ਕਰ ਸਕਦਾ ਹੈ, ਤੇ ਇਹਨਾਂ ਨੇ ਮੇਰਾ ਫੋਰਮ ਭਰਿਆ। ਫਿਰ ਮੈਂ ਆਰਡੀ ਦਫ਼ਤਰ ਵਿੱਚ ਮੈਨੂੰ ਹਰ 1 ਮਹੀਨਾ ਮੇਰੀ ਟ੍ਰੇਨਿੰਗ ਹੋਈ, ਇਸ ਵੀ ਨਾਲ ਹੀ ਮੇਰਾ ਪਹਿਲਾ ਲਰਨਿੰਗ ਲਾਇਸੈਂਸ ਬਣਿਆ। ਸਰ ਮੈਂ ਉਦਾਂ ਹੁੰਦੀ ਹੈ ਸਿਰਫ ਆਪਣੀ ਹੋ ਗਈ, ਮੇਰੇ ਗਰੁੱਪ ਨੂੰ 100 ਰੁਪਏ ਹੁੰਦੀ ਹੈ, ਉਹਦੇ ਵਿੱਚ ਮੈਂ 4,000 ਦੀ ਬਚਤ ਖੁਦ ਦੀ ਹੈ, 1,000 ਰੁਪਿਆ ਮੈਂ
ਤੇ ਪੀਆਰਪੀ ਦੇ ਵਿੱਚ ਸਾਨੂੰ ਇਹੀ ਸੰਦੇਸ਼ ਦੇਣਾ ਚਾਹੁੰਦੀਆਂ ਕਿ ਇਹਦੇ ਹੀ ਨਿਰਭਰ ਹਨ ਵੀ ਇਹ ਕੰਮ ਕੋਲ ਵੀ ਫਿਰ ਲੜਦੇ ਝਗੜੇ ਸ਼ੁਰੂ ਕਰ ਸਕਦੀਆਂ ਨੇ ਚਾਹੀਦੀਆਂ ਨਾ ਵੀ ਮੈਂ ਵੀ ਇਹਦਾ ਸਾਥ ਆ ਤੇ ਉਹ ਵੀ ਆਪਣੇ ਖੁਦ ਹੀ ਮਰਿਆ ਨੇ ਤੇ ਕੰਮ ਸ਼ੁਰੂ ਕਰ ਸਕਦੀਆਂ ਨੇ ਸਾਰਾ ਇਹੀ ਹੈ ਸਾਨੂੰ ਦੱਸਿਆ ਸੀ ਗਰੁੱਪਾਂ ਦੇ ਤੇ ਇਸ ਕਰਕੇ ਫਿਰ ਅਸੀਂ ਵੀ ਫਿਰ ਉਹਨਾਂ ਦੇ ਨਾਲ ਅਸੀਂ ਜੁੜੇ ਹੋਏ ਹਾਂ 3 ਸਾਲ ਤੋਂ ਤੇ ਗਰੁੱਪ ਨਾਲ ਜੁੜਨ ਦੇ ਨਾਲ ਦੀ ਕਾਫੀ ਹਾਲਤ ਗਰੀਬ ਵਧੀਆ ਹੋਈ ਹੈ ਤੇ ਦੱਸਿਆ ਵੀ ਇੱਦਾਂ ਦਾ ਸਕੀਮ ਆਈ ਹੈ ਤਾਂ ਫਿਰ ਸਾਨੂੰ ਦਿੱਤਾ ਜਾਏ ਤੁਸੀਂ ਵਜੀਫਾ ਦੇ ਨਾਲ ਜੁੜੋ ਦੇ ਨਾਲ ਸਾਨੂੰ ਵੀ ਬਹੁਤ ਸਹੂਲਤ ਗਰੀਬੀ ਤੋਂ ਅਸੀਂ ਵੀ ਦੂਰ ਹੋ